ਸੋ ਕੀ ਹਾਲ ਚਾਲ ਸਾਰਿਆਂ ਦਾ, ਵੈਲਕਮ ਟੂ ਮਾਈ ਚੈਨਲ ਮਾਈ ਸੈਲਫ ਡੀ ਰਾਈਮਸਟਰ। ਅੱਜ ਆਪਾਂ ਨਵੀਂ ਚੀਜ਼ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਬੇਸਿਕਲੀ ਆਈ ਐਮ ਏ ਮਿਊਜ਼ਿਕ ਪ੍ਰੋਡਿਊਸਰ ਐਂਡ ਮਿਕਸਿੰਗ ਮਾਸਟਰਿੰਗ ਇੰਜੀਨੀਅਰ। ਸੋ ਮੇਰੇ ਬਹੁਤ ਸਾਰੇ ਫਰੈਂਡ ਨੇ, ਬਹੁਤ ਸਾਰੇ ਯਾਰ ਦੋਸਤ ਨੇ, ਜਾਂ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਮੈਨੂੰ ਕਹਿੰਦੇ ਆ ਵੀ ਮਿਊਜ਼ਿਕ ਪ੍ਰੋਡਕਸ਼ਨ ਆਪਾਂ ਸਿੱਖਣਾ ਚਾਹੁੰਦੇ ਹਾਂ, ਸਾਨੂੰ ਸਿਖਾਓ। ਅਤੇ ਜੇ ਤੁਸੀਂ ਮਿਊਜ਼ਿਕ ਪ੍ਰੋਡਕਸ਼ਨ ਸਿੱਖਣਾ ਚਾਹੁੰਦੇ ਹੋ, ਮਿਕਸਿੰਗ ਮਾਸਟਰਿੰਗ ਸਿੱਖਣਾ ਚਾਹੁੰਦੇ ਹੋ, ਵੋਕਲ ਪ੍ਰੋਸੈਸਿੰਗ, ਕੰਪਰੈਸ਼ਰ, ਕਿ ਪੰਜਾਬੀ ਗਾਣੇ ਕਿੱਦਾਂ ਬਣਾਈਏ, ਬੀਟ ਸੌਂਗ, ਟਰੈਪ ਸੌਂਗ ਆਪਾਂ ਕਿਸ ਤਰੀਕੇ ਨਾਲ ਕਰ ਸਕਦੇ ਹਾਂ, ਜਾਂ ਫਿਰ ਤੁਸੀਂ ਮਿਊਜ਼ਿਕ ਇੰਡਸਟਰੀ ਦੇ ਬਾਰੇ ਜਾਣਨਾ ਚਾਹੁੰਦੇ ਹੋ, ਜਾਂ ਤੁਸੀਂ ਮਿਊਜ਼ਿਕ ਇੰਡਸਟਰੀ ਨਾਲ ਰਿਲੇਟ ਕਰਦੇ ਹੋ ਕਿਸੇ ਵੀ ਤਰੀਕੇ ਨਾਲ, ਲਿਰਿਕਸ ਰਾਈਟਰ, ਸਿੰਗਰ, ਪ੍ਰੋਡਕਸ਼ਨ, ਕੋਈ ਵੀ ਚੀਜ਼ ਹੋਏ, ਸਬਸਕ੍ਰਾਈਬ ਮਾਈ ਚੈਨਲ, ਕਿਉਂਕਿ ਆਪਾਂ ਇੱਥੇ ਮਿਊਜ਼ਿਕ ਪ੍ਰੋਡਕਸ਼ਨ 'ਤੇ ਸਿੱਖਾਂਗੇ, ਪਰ ਮਿਊਜ਼ਿਕ ਪ੍ਰੋਡਕਸ਼ਨ ਦੇ ਨਾਲ ਨਾਲ ਆਪਾਂ ਇਹ ਵੀ ਸਿੱਖਾਂਗੇ ਸਾਡੀ ਇੰਡਸਟਰੀ 'ਚ ਕੰਮ ਕਿੱਦਾਂ ਹੁੰਦਾ, ਲਿਰਿਕਸ ਰਾਈਟਰ ਕਿਹਦੇ ਕੋਲ ਜਾ ਸਕਦਾ, ਮਿਊਜ਼ਿਕ ਕਿੱਦਾਂ ਬਣਦਾ ਵਾ, ਕੀ ਕਿਹੜੇ ਕਿਹੜੇ ਸਟੂਡੀਓ ਨੇ, ਕਿਹੜੇ ਕਿਹੜੇ ਇੰਜੀਨੀਅਰ ਨੇ, ਬੜਾ ਕੁਛ ਆ, ਬਹੁਤ ਕੁਛ ਆ ਸਾਡੀ ਇੰਡਸਟਰੀ ਦੇ ਬਾਰੇ ਜਿਹੜਾ ਆਮ ਪਬਲਿਕ ਨੂੰ ਸ਼ਾਇਦ ਨਹੀਂ ਪਤਾ, ਵਿਚਲੀਆਂ ਗੱਲਾਂ। ਸੋ ਆਪਾਂ ਸਾਰੀ ਚੀਜ਼ਾਂ ਉਹ ਡਿਸਕਸ ਕਰਾਂਗੇ। ਸੋ ਆਪਾਂ ਜਿਹੜਾ ਸੋਫਟਵੇਅਰ ਸਿੱਖਣਾ, ਉਹ ਸੋਫਟਵੇਅਰ ਹੈਗਾ FL ਸਟੂਡੀਓ ਸਭ ਤੋਂ ਪਹਿਲਾਂ। ਅਤੇ ਜੇ ਮੈਂ ਤੁਹਾਨੂੰ ਸੋਫਟਵੇਅਰ ਸਿਖਾਉਣਾ, ਤਾਂ ਵੀ ਨੀਡ ਟੂ ਪਰਚੇਸ FL ਸਟੂਡੀਓ। ਸੋ ਆਪਾਂ ਅੱਜ ਔਥੋਰਾਈਜ਼ਡ FL ਸਟੂਡੀਓ ਪਰਚੇਸ ਕਰਾਂਗੇ। ਬਹੁਤ ਮੁਸ਼ਕਿਲ ਡਿਸੀਜ਼ਨ ਆ। ਸੋ ਆਈ ਐਮ ਅ ਪੰਜਾਬੀ ਪਰਸਨ, ਸੋ ਯੂ ਨੋ ਵੀ ਨੈਵਰ ਪਰਚੇਜ਼ ਐਨੀ ਸੋਫਟਵੇਅਰ, ਸਾਰਿਆਂ ਨਾਲ ਇੱਦਾਂ ਹੀ ਆ। ਸੋ ਅੱਜ ਆਪਾਂ FL ਸਟੂਡੀਓ ਪਰਚੇਜ਼ ਕਰਾਂਗੇ। ਅਤੇ FL ਸਟੂਡੀਓ ਪਰਚੇਜ਼ ਕਰਨ ਲਈ ਤੁਹਾਨੂੰ ਕਿਹੜੀ ਕਿਹੜੀ ਔਥੋਰਾਈਜ਼ਡ ਡੀਲਰ ਨੇ, ਇੰਡੀਅਨ ਡੀਲਰ, ਜਿਨ੍ਹਾਂ ਕੋਲ ਤੁਸੀਂ FL ਸਟੂਡੀਓ ਪਰਚੇਜ਼ ਕਰ ਸਕਦੇ ਹੋ। ਸੋ ਮੈਂ ਤੁਹਾਨੂੰ ਉਹ ਦੱਸਦਾ ਅਤੇ ਕਿੰਨਾ ਕੁ ਪ੍ਰਾਈਸ ਆ, ਜਾਂ ਕਿਹੜਾ ਤੁਹਾਨੂੰ ਐਡੀਸ਼ਨ ਪਰਚੇਜ਼ ਕਰਨਾ ਚਾਹੀਦਾ। ਸੋ ਉਹਦੇ ਬਾਰੇ ਆਪਾਂ ਅੱਜ ਸਾਰੀ ਗੱਲਬਾਤ ਕਰਾਂਗੇ, ਠੀਕ ਹੈ? ਸੋ ਬਣੇ ਨੂੰ ਮੇਰੇ ਨਾਲ ਨੈਕਸਟ ਸਟੈਪ ਔਨ ਮਾਈ ਡੈਸਕਟੋਪ। ਚਲੋ ਦੇਖਦੇ ਹਾਂ। ਦੇਖੋ ਵੀ FL ਸਟੂਡੀਓ ਪਰਚੇਜ਼ ਕਰਨ ਤੋਂ ਪਹਿਲਾਂ ਤੁਸੀਂ ਦੋ ਕੰਮ ਕਰਨੇ ਆ। ਸਭ ਤੋਂ ਪਹਿਲਾਂ ਤਾਂ FL ਸਟੂਡੀਓ ਸਾਈਟ 'ਤੇ ਜਾਣਾ, FL ਸਟੂਡੀਓ, ਓਕੇ। ਸਭ ਤੋਂ ਪਹਿਲੀ ਚੀਜ਼ ਜਿਹੜੀ ਤੁਸੀਂ ਕਰਨੀ ਆ, FL ਸਟੂਡੀਓ ਦੀ ਸਾਈਟ 'ਤੇ ਜਾ ਕੇ ਤੁਸੀਂ ਉਹਦਾ ਟ੍ਰਾਇਲ ਵਰਜ਼ਨ ਡਾਊਨਲੋਡ ਕਰਨਾ, ਓਕੇ। ਕਲਿੱਕ ਕਰੋਗੇ, ਮੈਂ ਡਾਊਨਲੋਡ ਕਰਨ ਨੂੰ ਕਿਉਂ ਕਹਿ ਰਿਹਾ ਟ੍ਰਾਇਲ ਵਰਜ਼ਨ ਹੀ, ਤੁਹਾਨੂੰ ਮੈਂ ਦੱਸਦਾ, ਕਿਉਂਕਿ ਇਹ ਟ੍ਰਾਇਲ ਵਰਜ਼ਨ ਫੁੱਲ ਇੰਸਟਾਲਰ ਐਂਡ ਟ੍ਰਾਇਲ ਇੰਸਟਾਲਰ ਦੋਨੋਂ ਹੀ ਸੇਮ ਹੈ। ਮੈਂ ਵਿੰਡੋ ਯੂਜ਼ ਕਰਦਾ, ਸੋ ਮੈਂ ਵਿੰਡੋ ਕਰਾਂਗਾ। ਜੇ ਤੁਸੀਂ ਮੈਕ ਯੂਜ਼ਰ ਹੋ, ਤੁਸੀਂ ਮੈਕ ਕਰ ਸਕਦੇ ਹੋ। ਸੋ ਆਪਾਂ ਇਹਨੂੰ ਡਾਊਨਲੋਡ ਕਰ ਲਾਂਗੇ, ਠੀਕ ਹੈ? ਸਭ ਤੋਂ ਪਹਿਲਾ ਸਟੈਪ ਆਪਾਂ FL ਸਟੂਡੀਓ ਦਾ ਟ੍ਰਾਇਲ ਵਰਜ਼ਨ ਡਾਊਨਲੋਡ ਕਰ ਲੈਣਾ। ਸਾਡੇ ਇੱਥੇ ਡਾਊਨਲੋਡਿੰਗ ਸਟਾਰਟ ਹੋ ਚੁੱਕੀ ਹੈ। ਸੋ ਡਾਊਨਲੋਡਿੰਗ ਜਿਹੜੀ ਹੈਗੀ ਆ ਨੀਅਰ ਅਬਾਊਟ 903 MB ਦੀ ਆ, ਓਕੇ। ਮੈਂ ਪੋਜ਼ ਕਰ ਦੇਣਾ ਇਹਨੂੰ, ਕਿਉਂਕਿ ਮੈਂ ਆਲਰੇਡੀ ਡਾਊਨਲੋਡ ਕਰ ਚੁੱਕਿਆ। ਸੈਕਿੰਡ ਸਟੈਪ ਤੁਸੀਂ ਕੀ ਕਰਨਾ, ਤੁਸੀਂ ਇਹਦੇ 'ਚ ਆਪਣੀ ID ਬਣਾਉਣੀ ਹੈ, FL ਸਟੂਡੀਓ ਦੀ ਆਪਣੀ ਮੇਲ ID, ਜੀਮੇਲ ID ਦਾ ਅਕਾਊਂਟ ਕ੍ਰੀਏਟ ਕਰਨਾ। ਮੇਰਾ ਆਲਰੇਡੀ ਅਕਾਊਂਟ ਹੈਗਾ, ਸੋ ਮੈਂ ਆਪਣਾ ਅਕਾਊਂਟ ਬਣਾ ਚੁੱਕਿਆ। ਉਹੀ ਪ੍ਰੋਸੈਸ ਜਿੱਦਾਂ ਫੇਸਬੁੱਕ ਦਾ ਬਣਦਾ ਜਾਂ ਜਿੱਦਾਂ ਇੰਸਟਾਗ੍ਰਾਮ ਦਾ ਬਣਦਾ, ਸੇਮ ਪ੍ਰੋਸੈਸ ਆ। ਆਪਣਾ ਇੱਕ ਅਕਾਊਂਟ ਕ੍ਰੀਏਟ ਕਰ ਲਓ, ਠੀਕ ਆ? ਅਕਾਊਂਟ ਕ੍ਰੀਏਟ ਕਰਨ ਤੋਂ ਬਾਅਦ, ਸੋ ਅਕਾਊਂਟ ਕ੍ਰੀਏਟ ਕਰਨ ਤੋਂ ਬਾਅਦ ਤੁਹਾਨੂੰ ਤੁਸੀਂ ਪਰਚੇਜ਼ ਕਰਨਾ FL ਸਟੂਡੀਓ। ਸੋ ਸ਼ੋਪ, ਠੀਕ ਹੈ, ਪਰਚੇਜ਼ ਕਰਾਂਗੇ। ਮੈਂ ਪਰਚੇਜ਼ ਕਰ ਚੁੱਕਾ ਵਾਂ 199 ਦਾ ਪ੍ਰੋਡਿਊਸਰ ਐਡੀਸ਼ਨ ਪਰਚੇਜ਼ ਕਰਨਾ, FL ਸਟੂਡੀਓ ਫਰੂਟੀ ਐਡੀਸ਼ਨ ਨਹੀਂ ਪਰਚੇਜ਼ ਕਰਨਾ। ਇਹਦੇ ਵਿੱਚ ਬਹੁਤ ਸਾਰੇ ਫੀਚਰਸ ਨਹੀਂ ਆ, ਈਵਨ ਤੋਂ ਆਪਾਂ ਨੋ ਆਡੀਓ ਰਿਕੋਰਡਿੰਗ, ਨੋ ਆਡੀਓ ਕਲਿਪਸ, ਸੋ ਆਪਾਂ ਇਹ ਵੀ ਨਹੀਂ ਕਰ ਸਕਦੇ। ਆਪਾਂ ਜਿਹੜਾ ਪਰਚੇਜ਼ ਵਰਜ਼ਨ ਪਰਚੇਜ਼ ਕਰਨਾ, ਉਹ ਹੈਗਾ ਵਾ ਪ੍ਰੋਡਿਊਸਰ ਐਡੀਸ਼ਨ, ਠੀਕ ਹੈ? ਇਹਦੇ ਵਿੱਚ ਤੁਹਾਨੂੰ ਬਹੁਤ ਸਾਰੇ ਐਸੇ ਫੀਚਰਸ ਮਿਲ ਜਾਣਗੇ ਜਿਹੜੇ ਤੁਹਾਨੂੰ ਇੱਕ ਬਿਗਨਰ ਮਿਊਜ਼ਿਕ ਪ੍ਰੋਡਿਊਸਰ ਜਾਂ ਫਿਰ ਬਹੁਤ ਸਾਰੇ ਗਾਣੇ ਬਣਾਉਣ ਲਈ ਜਿਹੜੇ ਤੁਹਾਨੂੰ ਯੂਜ਼ ਆ, ਤੁਸੀਂ ਉਹ ਕਰ ਸਕਦੇ ਹੋ। ਸੋ ਆਪਾਂ ਅਤੇ ਡਿਸਟ੍ਰੀਬਿਊਟਰ ਐਂਡ ਰੀਸੈਲਰ, ਕਿਉਂਕਿ ਡੋਲਰਸ 'ਚ ਆਪਾਂ ਪੇ ਕਰ ਨਹੀਂ ਸਕਦੇ, ਸੋ ਆਪਾਂ ਕੀ ਕਰਾਂਗੇ, ਆਪਾਂ ਚੈੱਕ ਕਰਾਂਗੇ ਆਪਣੀ ਕੰਟਰੀ, ਕਿਹੜੀ ਕੰਟਰੀ 'ਚ ਆਪਾਂ ਬਿਲੋਂਗ ਕਰਦੇ ਹਾਂ, ਠੀਕ ਹੈ? ਏਸ਼ੀਆ ਐਂਡ ਜਪਾਨ, ਇੰਡੋਨੇਸ਼ੀਆ, ਇੰਡੀਆ। ਸੋ ਇੰਡੀਆ ਦੇ ਦੋ ਮੇਨ ਡੀਲਰ ਨੇ, ਇੰਡੀਆ ਦੇ ਦੋ ਮੇਨ ਡੀਲਰ ਨੇ, ਬੀਟ ਬੋਕਸ ਐਂਟਰਟੇਨਮੈਂਟ ਪ੍ਰਾਈਵੇਟ ਲਿਮਿਟਡ ਨਿਊ ਦਿੱਲੀ ਤੋਂ ਨੇ, ਸੁਦੀਪ ਆਡੀਓ .com LLP ਮੁੰਬਈ ਮਹਾਰਾਸ਼ਟਰ, ਠੀਕ ਹੈ, ਅੰਧੇਰੀ ਵੈਸਟ ਮੁੰਬਈ ਤੋਂ ਨੇ। ਸੋ ਆਪਾਂ ਦੋਵੇਂ ਵੈਬਸਾਈਟ ਓਪਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬੀਟ ਬੋਕਸ ਐਂਟਰਟੇਨਮੈਂਟ ਖੁੱਲ ਨਹੀਂ ਰਹੀ, ਸੁਦੀਪ ਆਡੀਓ ਖੁੱਲ ਰਹੀ ਆ, ਓਕੇ, ਸੁਦੀਪ ਆਡੀਓ। ਫਿਰ ਇੱਥੇ ਜਾ ਕੇ ਤੁਸੀਂ FL ਸਟੂਡੀਓ, ਠੀਕ ਹੈ, FL ਸਟੂਡੀਓ ਪ੍ਰੋਡਿਊਸਰ ਐਡੀਸ਼ਨ, ਆਪਾਂ ਪ੍ਰੋਡਿਊਸਰ ਐਡੀਸ਼ਨ ਪਰਚੇਜ਼ ਕਰਨਾ। ਸਾਨੂੰ ਪੈ ਰਿਹਾ 13,517 ਰੁਪਏ ਦਾ। ਜਦੋਂ ਤੁਸੀਂ ਇੱਥੇ ਐਡ ਟੂ ਕਾਰਟ ਕਰੋਗੇ,
ऐड टू कार्ट करना, फिर तुहानू अपना अकाउंट क्रिएट करना पैना, नाम नेम लास्ट नेम एड्रैस या मोबाइल नंबर, तुहाडी मेल आई डी, तुहाडी मेल आई डी ते तुहाडा मोबाइल नंबर इसलिए चाहिए क्योंकि तुहानू उहदे ते तुहाडा एक्टिवेशन कोड आएगा। मोबाइल नंबर ते नहीं, तुहाडी मेल आई डी 'ते तुहाडा एक्टिवेशन कोड तुहानू मिलेगा। सो अपनी सारी डिटेल्स फिल करनी है, फिल करन तो बाद पेमेंट दी ऑप्शन आएगी, पेमेंट ऑप्शन सिलेक्ट करके तुहानू याद होए आपां की कीता सी, आपां लास्ट टाइम आपां अपना अकाउंट भी क्रिएट कर लिया सी FL स्टूडियो दे विच, ते आपां क्या आपां डाउनलोड भी करके रखिया सी सारा, आपां ट्रायल वर्जन जिहड़ा सी आपां डाउनलोड कर लिया सी, ते आपां अपना अकाउंट भी क्रिएट कर लिया सी। सो सुदीप आडियो वालों सानूं मेल पहुँच चुकी है, उहदे विच साडा एक्टिवेशन कोड होएगा। एक्टिवेशन कोड जदों आपां ओपन करांगे उहदे नाल ही नीचे सानूं एक लिंक मिलेगा, लिंक ते तुसीं राइट क्लिक करो, उहनूं नैक्सट टैब दे उत्ते ओपन करो। ठीक है, तुसी अपना एक्टिवेशन कोड कॉपी करना, जो तुसी पेस्ट करन तो बाद ऐड दे उत्ते क्लिक करोगे तो ताड़ी ऑथेंटिकेशन की ताड़ी इमेज लाइन अकाउंट दे नाल लिंक हो जाएगी। सो नाउ यू आर ओनर ऑफ प्रोड्यूसर एडिशन, सो ताड़ी इमेज लाइन दे विच ताड़ी जिहड़ी ऑथेंटिकेशन की आ उह लिंक हो चुकी आ। हुण तुसी अपना सॉफ्टवेयर इंस्टॉल करना, जो तुसी अपना सॉफ्टवेयर इंस्टॉल कर लोगे, इंस्टॉल करन तो बाद अबाउट दे विच जो तुसी जो ताड़ा सॉफ्टवेयर ओपन होएगा उहदे उत्ते तुसी अपने इमेज लाइन का अकाउंट ते उहदा पासवर्ड भरना। जो तुसी अपना इमेज लाइन ते जिहड़ा तुसी अकाउंट ते अपना पासवर्ड क्रिएट किया सी उहनूं तुसी लॉगिन करोगे ते ताड़ा जिहड़ा FL स्टूडियो होएगा वह ताड़ा ट्रायल वर्जन नहीं रहेगा, वह ताड़ा अनलॉक हो जाएगा। क्योंकि देखो आपां सारा ऑथेंटिकेशन वाला आपां प्रोसैस सारा कर चुके हैं, हुण मेल आई डी जिहड़ी है साडी ऑथोराइज्ड की दे नाल लिंक है, ऑथोराइज्ड की दे नाल लिंक होण दे नाल जदों आपां अपनी मेल आई डी जां पासवर्ड भरांगे साडा जिहड़ा FL स्टूडियो वा वह अनलॉक हो जाएगा। ट्रायल वर्जन नहीं रहा, हूँ वो फुल प्रोड्यूसर एडिशन बन चुका। सो नाउ इंजॉय। सो जी आ ही साडा प्रोसैस FL स्टूडियो परचेज़ करन दा, इंडिया दे विच आपां किदा परचेज़ कर सकते। जे ताडा कोई भी क्वेश्चन आ FL स्टूडियो दे रिगार्डिंग, म्यूजिक प्रोडक्शन दे रिगार्डिंग या किसी भी तरीके का मैनू पुछ सकते हो, क्वेश्चन कर सकते हो, साडी पहली वीडियो वा। तो आपां अगली वीडियो दे विच आपां इहदा इंटरफेस सिखांगे FL स्टूडियो का। सो जल्दी ही ताडे नाल लिंक करदे आ नैक्सट वीडियो दे विच। कोई भी क्वेश्चन जां तुहानू कोई भी प्रॉब्लम आती है परचेजिंग दे विच, जे सुदीप आडियो तो परचेज कर रहे हो उपर उन्हां दा हेल्पलाइन नंबर हैगा, उत्थे फोन कर सकते हो, वो हेल्प करनगे, दे आर वेरी हेल्पफुल। सो मैं रिकमेंड करांगा उत्थों परचेज करो, मैनू प्रॉब्लम आई ही उन्होंने सोल्व की मेरी प्रॉब्लम। तो बाकी लाइक करो, कमेंट करो, शेयर करो, जो ताडा मन करदा तुसी कर सकते हो। तो होपफुली तुहानू पहली वीडियो साडी अच्छी लगेगी। जिहड़े भी तुहाडे लिंक दे विच म्यूजिक दे नाल रिलेटेड परसन आ उहनां नूं इह वीडियो शेयर करो, उहनां लई काफ़ी ज़्यादा हैल्पफुल रहेगा मेरा चैनल म्यूजिक इंडस्ट्री नूं समझण लई, क्योंकि सिखाते बड़े जाने ने, समझाते बहुत घट ने। सो मैं समझावांगा किहड़ा स्टैप सही आ, किहड़ा स्टैप थोड़ा जिहा गलत है। सो उहनूं माइंड 'च रख के चलना, बहुत खतरनाक इंडस्ट्री भी है ते बहुत ज़्यादा वधिया इंडस्ट्री भी है। होप सो तुहानू साडी पहली वीडियो पसंद आएगी, फिर मिलांगे जल्द ही अगली वीडियो जे विच। थैंक यू।